ਹੈਲੋ ਨਮਸਤੇ ਆਦਾਬ ਸਸਾਇ ਗੱਲ ਦੋਸਤੋ ਮੈਂ ਹਾਜੀ ਤੁਹਾਡਾ ਆਪਣਾ ਸਾਹਿਲ ਤੇ ਲੈ ਕੇ ਹਾਜ਼ਰ ਹਾ ਤੁਹਾਡਾ ਆਪਣਾ ਫੇਵਰਟ ਸ਼ੋ ਨਾਮ ਹੈ ਜਿਸ ਦਾ ਪੀਟੀਸੀ ਸਪੌਟਲਾਈਟ ਇਸ ਸ਼ੋ ਵਿੱਚ ਮੈਂ ਤੁਹਾਡੀ ਮੁਲਾਕਾਤ ਕਰਵਾਨਾ ਹਾਂ ਪੰਜਾਬੀ 뮤직 ਇੰਡਸਟਰੀ ਦੇ ਉਹਨਾਂ ਕਲਾਕਾਰਾਂ ਨਾਲ ਜਿਨ੍ਹਾਂ ਨੇ ਇੱਕ ਖਾਸ ਮੁਕਾਮ ਹਾਸਲ ਕੀਤਾ ਹੈ ਤੇ ਆਓ ਜੀ ਮੈਂ ਤੁਹਾਡੀ ਮੁਲਾਕਾਤ ਕਰਵਾਵਾ ਅੱਜ ਦੇ ਸਾਡੇ ਖਾਸ ਮਹਿਮਾਨ ਨਾਲ ਤੇ ਸ਼ੁਰੂ ਕਰਦੇ ਆਂ ਪੀਟੀਸੀ ਸਪੌਟਲਾਈਟ ਜਿਸ ਕਾਸ ਮਹਿਮਾਨ ਦੀ ਮੈਂ ਗੱਲ ਕਰ ਰਿਹਾ ਸੀ ਉਹਨਾਂ ਦਾ ਨਾਮ ਹੈ ਸੰਦੂ ਸੁਰਜੀਤ ਉਹ ਇੱਕ ਗੀਤਕਾਰ ਦੇ ਨਾਮ ਨਾਲ ਬਹੁਤ ਵਧੀਆ ਸਿੰਗਰ ਵੀ ਨੇ ਉਹਨਾਂ ਦੀਆਂ ਪਹਿਲੀਆਂ ਦੋ ਐਲਬम्स ਜਿੰਦੜੀ ਤੇ ਗੋਰਾ ਮਾਹੀ ਨੂੰ ਲੋਕਾਂ ਨੇ ਬਹੁਤ ਪਿਆਰ ਦਿੱਤਾ ਤੇ ਆਓ ਜੀ ਗੱਲਬਾਤ ਕਰਦੇ ਹਾਂ ਸੰਦੂ ਸੁਰਜੀਤ ਜਿੰਨਾ ਸਤਿ ਸ਼੍ਰੀ ਅਕਾਲ ਸੰਦੂ ਸੁਰਜੀਤ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਪੀਟੀਸੀ ਸਪੌਟਲਾਈਟ ਦੇ ਵਿੱਚ ਥੈਂਕ ਯੂ ਜੀ ਥੈਂਕ ਯੂ ਮੇਰੇ ਵੱਲੋਂ ਥੈਂਕ ਯੂ ਜੀ ਪੀਟੀਸੀ ਦਾ ਤੁਹਾਡਾ ਸਾਰਿਆਂ ਦਾ ਜਿਨ੍ਹਾਂ ਨੇ ਮੈਨੂੰ ਮੇਰੇ ਸਰੋਤਿਆਂ ਦੇ ਰੂਬਰੂ ਕੀਤਾ ਯੂ ਵੈਲਕਮ ਟੂ ਯੂ ਵੈਲਕਮ ਥੈਂਕ ਯੂ ਜੀ ਅੱਛਾ ਸੰਧੂ ਜੀ ਤੁਸੀਂ ਇੱਕ ਇਸ ਪੰਜਾਬੀ میوزਿਕ ਇੰਡਸਟਰੀ ਦੇ ਵਿੱਚ ਇੱਕ ਮੁਕਾਮ ਹਾਸਿਲ ਕਰਨ ਦੇ ਲਈ ਬਹੁਤ ਜ਼ਿਆਦਾ ਮਿਹਨਤ ਕੀਤੀ ਜੀ 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 ਜਦੋਂ ਵੀ ਤੁਸੀਂ ਇਸ ਸਫ਼ਰ ਨੂੰ ਪਿੱਛੇ ਮੁੜ ਕੇ ਦੇਖਦੇ ਹੋ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਗੱਲ ਕਿਹੜੀ ਯਾਦ ਆਂਦੀ ਹੈ ਇਹੀ ਹੈ ਜੀ ਇੱਕ ਤਾਂ ਮੇਰਾ ਇਲਾਕਾ ਬਾਰਡਰ ਇਲਾਕਾ ਸੀ ਫਿਰੋਜ਼ਪੁਰ ਜ਼ਿਲ੍ਹਾ ਮੇਰਾ ਅੱਛਾ ਉਹਨਾਂ ਇਲਾਕਿਆਂ 'ਚ ਇਹਨਾਂ ਚੀਜ਼ਾਂ ਨੂੰ ਪਿੱਛੇ ਆਮ ਬਾਕੀ ਦੁਨੀਆ ਨਾਲੋਂ ਕਾਫੀ ਪਿੱਛੇ ਹੈ ਓਕੇ ਤੋਤੇ ਵਾਲੀ ਮੰਨਤਾ ਨਹੀਂ ਜੀ ਮਿਲਦੀ। ਅੱਛਾ ਜੀ। ਤੋ ਸਭ ਤੋਂ ਜ਼ਿਆਦਾ ਮੈਨੂੰ ਇਹੀ ਯਾਦ ਆਉਂਦਾ ਮੈਂ ਘਰਦਿਆਂ ਨੂੰ ਕਿੰਨੇ ਔਖੇ ਹੋ ਕੇ ਮਨਾਇਆ ਸੀ। ਆਹ ਜਿਹੜੇ ਮੇਰੇ ਫਾਦਰ ਸਾਹਿਬ ਜੀ ਉਹ ਇਹੀ ਕਹਿੰਦੇ ਸੀ ਮੈਂ ਆਪਣਾ ਰੋਜੀ ਰੋਟੀ ਟਰੱਕਾਂ ਤੋਂ ਚੱਲਦੀ ਹੈ। ਅੱਛਾ ਜੀ। ਉਹ ਕਹਿੰਦੇ ਸੀ ਵੀ ਇਹੋ ਜਿਹੇ ਕੰਮ ਨਹੀਂ ਕਰਨੇ ਟਰੱਕ ਤੇ ਕਨੈਕਟਰ ਹੈ ਨਹੀਂ ਐਂ ਡਰਾਈਵਰ ਹੈ ਨਹੀਂ ਉਹ ਕੰਮ ਕਰੋ ਇਹ ਕੰਮ ਆਪਣੇ ਜੱਟਾਂ ਦੇ ਮੁੰਡਿਆਂ ਨੂੰ ਸੋਹਣੇ ਨਹੀਂ ਲੱਗਦੇ। ਅੱਛਾ ਜੀ। ਅੱਜ ਜਦੋਂ ਐਂ ਲੱਗਦਾ ਐ ਇੱਥੋਂ ਤੱਕ ਪਹੁੰਚੇ ਆ ਉਹ ਦਿਨ ਬਹੁਤ ਯਾਦ ਆਉਂਦੇ ਵੀ ਬਹੁਤ ਗਾਲਾਂ ਕੱਢੀਆਂ। ਬੜੇ ਬੜੇ ਜੁੱਤੀਆਂ ਤੋ ਪਰ ਉਹ ਜਿਹੜੀ ਗਾਲਾਂ ਖਾਧੀਆਂ ਉਹ ਉਸ ਦਾ ਅੱਜ ਮੇਰੇ ਖਿਆਲ ਨਾਲ ਤੁਹਾਨੂੰ ਫਲ ਮਿਲ ਚੁੱਕਿਆ ਕਿਉਂਕਿ ਜਿਸ ਮੁਕਾਮ ਨੂੰ ਤੁਸੀਂ ਹਾਸਿਲ ਕਰਨਾ ਚਾਹੁੰਦੇ ਸੀ ਉੱਥੇ ਤੁਸੀਂ ਪਹੁੰਚ ਗਏ ਹੋ ਇਹ ਮੈਂ ਕਹਿ ਸਕਦਾ ਜਾਂ ਇਹ ਕਹ ਲਈਏ ਵੀ ਸ਼ੁਰੂਆਤ ਹੋ ਗਈ ਸ਼ੁਰੂਆਤ ਹੋ ਗਈ ਪਹਿਲਾ ਸਟੈਪ ਮਿਲ ਗਿਆ ਮਤਲਬ ਜੋ ਆਪਾਂ ਚਾਹੁੰਦੇ ਹੁੰਨੇ ਆ ਵੀ ਸ਼ੁਰੂਆਤ ਹੋ ਗਈ ਹੈ ਉਮੀਦਾਂ ਮੰਜ਼ਲ ਵੱਲ ਨੂੰ ਤੁਰ ਪਈਆਂ ਪਰਮਾਤਮਾ ਅੱਗੇ ਵਧੀਆ ਕਰੂਗਾ ਤੁਸੀਂ ਆਪਣੇ ਕੈਰੀਅਰ ਦੀ ਸ਼ੁਰੂਆਤ ਐਜ਼ ਅ ਰਾਈਟਰ ਕੀਤੀ ਤੁਸੀਂ ਗਾਣੇ ਲਿਖਨੇ ਸ਼ੁਰੂ ਕੀਤੇ ਉਸ ਤੋਂ ਬਾਅਦ ਤੁਸੀਂ ਸਿੰਗਿੰਗ ਲਾਈਨ ਦੇ ਵਿੱਚ ਆਏ ਉਹ ਕਿਹੜਾ ਵੇਲਾ ਸੀ ਜਦੋਂ ਤੁਸੀਂ ਲਿਖਣਾ ਸ਼ੁਰੂ ਕੀਤਾ ਜਦ ਤਨਜੀ ਗੁਰਦਾਸ ਮਾਨ ਜੀ ਦੀਆਂ ਲਾਈਨਾਂ ਸੀ ਇੱਕ ਗੀਤ ਚ ਵੀ ਮੱਖਣ ਹੈ ਜੈਸੇ ਦੁੱਧ ਮੈਂ ਦਿਲ ਮੈਂ ਚੁਪਾ ਹੈ ਯਾਰ ਖੋਜਣਾ ਤੇਰਾ ਕੰਮ ਹੈ ਉਸਕਾ ਕਰਮ ਨਹੀਂ ਆਹ ਹਾਂ ਤਾਂ ਸੰਗੀਤ ਜਿਹੜਾ ਤਾਲ ਸੁਰ ਮੈਨੂੰ ਇਹ ਲੱਗਦਾ ਵੀ ਪ੍ਰਮਾਤਮਾ ਨੇ ਵਿੱਚ ਹੀ ਪਾਇਆ ਅੱਛਾ ਜੀ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਕੁਝ ਐਸੋ ਪਾਵੇ ਹਨ ਹਾਂ 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 ਤਾਂ ਮੈਨੂੰ ਨਹੀਂ ਪਤਾ ਲੱਗਿਆ ਮੈਂ ਕਦੋਂ ਲਿਖਣ ਲੱਗ ਗਿਆ ਜਾਂ ਮੈਂ ਕਦੋਂ ਗਾਉਣ ਲੱਗ ਗਿਆ ਕਿਉਂਕਿ ਅਸੀਂ ਕਿਸਾਨ ਦਾ ਬੇਟਾ ਖੇਤ ਕੰਮ ਕਰਨਾ ਹੈ ਜਾਂ ਕੋਈ ਪੱਟੇ ਵਢਣ ਜਾਣਾ ਹੈ ਜਾਂ ਹੋਰ ਕੁਝ ਵੀ ਗਾਉਂਦੇ ਜਾਣਾ ਜਦੋਂ ਕਿਸੇ ਦਾ ਗੀਤ ਆਇਆ ਲੱਗਣਾ আর ਮੁੱਕ ਗਏ ਕੁਛ ਨਾ ਕੁਛ ਜੋਰ ਤੋੜ ਕਰਦਿਆਂ 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 ਉਹ ਲਿਖਦਿਆਂ ਲਿਖਦਿਆਂ ਜ਼ਿੰਦਗੀ 'ਚ ਮੈਂ ਪਹਿਲੀ ਵਾਰੀ ਲਿਖਿਆ ਸੀ ਇੰਨਾ ਜਿੰਦੜੀ ਨੂੰ ਤੇਰੇ ਨਾਲ ਪਿਆਰ ਸੋਹਣਾ ਹਾਂ ਇੱਕ ਗੀਤ ਉਹ ਤੋਂ ਪਹਿਲਾਂ ਹੋਰ ਸੀ ਮੈਨੂੰ ਪ੍ਰੋਪਰ ਯਾਦ ਨਹੀਂ اچھا ਉਹ ਜਦੋਂ ਯਾਰਾਂ ਦੋਸਤਾਂ ਨੂੰ ਸੁਣਾਇਆ ਤਾਂ ਕਹਿੰਦੇ ਯਾਰ ਬਹੁਤ ਵਧੀਆ ਤਾਂ ਮੈਨੂੰ ਫੇਰ ਆਇਆ ਲੱਗਾ ਯਾਰ ਮੈਂ ਕੁਛ ਨਾ ਕੁਛ ਕਰ ਸਕਦਾ ਕਰ ਸਕਦਾ ਕਿਉਂਕਿ ਗੀਤਕਾਰੀ ਤਾਂ ਚਲੋ ਬੜੀ ਵੱਡੀ ਗੱਲ ਆ ਬਹੁਤ ਅੱਗੇ ਤੋਂ ਅੱਗੇ ਦੁਨੀਆ ਵਿੱਚ ਬਿਲਕੁਲ ਜੀ ਪਰ ਥੋੜਾ ਬਹੁਤ ਜੋੜ ਤੋੜ ਕਰ ਲੈਣਾ ਮੈਨੂੰ ਉਦੋਂ ਪਤਾ ਲੱਗਿਆ ਅੱਛਾ ਅੱਛਾ ਜੀ ਤੇ ਉਸ ਵੇਲੇ ਫਿਰ ਦੋਸਤਾਂ ਨੇ ਕਿਹੋ ਜਿਹਾ ਰਿਸਪੌਂਸ ਦਿੱਤਾ ਜਦੋਂ ਕਿ ਆ ਸਾਡੇ ਯਾਰ ਨੇ ਗਾਣਾ ਲਿਗਿਆ ਕਿਸ ਤਰ੍ਹਾਂ ਉਦੋਂ ਰਿਸਪੌਂਸ ਉਦੋਂ ਕਾਫੀ ਚਰਬਾਤ ਮਿਲਿਆ ਜੀ ਉਹ ਤੋਂ ਕੁਝ ਕੁ ਯਾਰ ਦੋਸਤ ਜਿਹੜੇ ਸੀਗੇ ਉਹਨਾਂ ਨੂੰ ਸੀਗਾ ਉਸ ਤੋਂ ਬਾਅਦ ਮੈਂ ਇਧਰ ਸਟਰਗਲ ਸ਼ੁਰੂ ਕਰਤੀ ਤੇ ਫਿਰ ਮੈਂ ਰਾਜ ਬਰਾੜ ਜੀ ਕੋਲੇ ਚਲੇ ਗਿਆ ਉੱਥੋਂ ਅਸੀਂ surjit puller ਭਾਈ ਦੇ ਮੈਂ ਸਰਕਲ 'ਚ ਆ ਗਿਆ ਉਹ ਤੇ ਜਦੋਂ ਕਿ ਮੈਂ ਇੱਕ ਐਸੇ ਗੀਤਕਾਰ ਨਹੀਂ ਜੀਣਾ ਚਾਹੁੰਦਾ ਮੈਂ ਸਟਰਗਲ ਆਪਣੇ ਸਿੰਗਿੰਗ ਲਈ ਕਰ ਰਿਹਾ ਸੀ ਸਿੰਗਿੰਗ ਲਈ ਕਰਨਾ ਚਾਹੁੰਦੇ ਸੀ ਤੋ ਪੁੱਲਰ ਸਾਹਿਬ ਕੋਲੇ ਚਲਦੇ ਆ ਜਿੱਦਾਂ ਮੈਟਰ ਸਿਲੈਕਸ਼ਨ ਕਰਦੇ ਆ ਕੀਤਾ ਜੋ ਗੀਤ ਚਲਦੇ ਆ ਭਾਜੀ ਇੱਕਾ ਗੀਤ ਮੇਰਾ ਸੁਣਿਓ ਪਾ ਲੈਨੇ ਆ ਆ ਵੀ ਪਾ ਲੈਨੇ ਆ ਉਹ ਇਦਾਂ ਕਰਦੇ ਆ ਕਰਦੇ ਮੈਨੂੰ ਉਦੋਂ ਪਤਾ ਲੱਗਿਆ ਜਦੋਂ ਦਿਲ ਜਾਨੀ ਹਿੱਟ ਹੋ ਗਿਆ ਅੱਛਾ ਤਾਂ ਮੈਨੂੰ ਇੱਕ ਗੀਤ ਕਰ ਦਿੰਦਾ ਨਾ ਮਤਲਬ ਉਹ ਜਿਹੜਾ ਗਾਣਾ ਸੀ ਦਿਲ ਜਾਨੀ ਜੀ 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 ਉਸ ਗਾਣੇ ਨੇ ਤੁਹਾਨੂੰ ਇੱਕ ਪੂਰੀ ਦੁਨੀਆ ਦੇ ਸਾਹਮਣੇ ਇੱਕ ਗੀਤ ਕਰ ਦੀ ਪਹਿਚਾਨ ਇੱਕ ਗੀਤ ਕਰ ਦੀ ਪਹਿਚਾਨ ਦਿੱਤੀ ਜਦੋਂ ਕਿ ਮੈਂ ਚਾਹੁੰਦਾ ਸੀ ਮੈਂ ਸਿੰਗਰ ਬਣਾ ਅੱਛਾ ਜੀ ਤੇ ਗੀਤ ਮੈਂ ਬਣਾ ਹੋਊਗਾ ਤੇ ਇਧਰੋਂ ਉਧਰੋਂ ਲੈ ਲਿਆ ਕਰੂੰਗਾ ਪਰ ਫਿਰ ਵੀ ਤੁਸੀਂ ਬਣਨਾ ਸਿੰਗਰ ਚਾਹੁੰਦੇ ਸੀ ਤੁਹਾਨੂੰ ਗੀਤ ਕਰ ਦੀ ਇੱਕ ਪਹਿਚਾਨ ਮਿਲੀ ਕੀ ਤੁਸੀਂ ਉਸ ਚੀਜ਼ ਤੋਂ ਖੁਸ਼ ਸੀ ਹਾਂਜੀ ਬਿਲਕੁਲ ਕਿਉਂਕਿ ਕੁਦਰਤ ਦੀ ਨਿਆਮਤ ਹੈ अच्छा जी परमात्मा ने ਦਿੱਤਾ ਤਾਂ ਮੈਨੂੰ ਲੱਗਦਾ ਮੈਂ ਬਹੁਤ ਖੁਸ਼ ਸੀਗੇ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਅੱਛਾ ਦੂਜੀ ਗੱਲ ਇੱਕ ਹੋਰ ਆ ਵੀ ਮੈਨੂੰ ਸਟਰਗਲ ਕਰਨ ਚ ਹਾਂ ਥੋੜਾ ਇੱਕੋ ਆਸਰਾ ਮਿਲ ਗਿਆ ਓਕੇ ਹੌਸਲਾ ਹੋ ਗਿਆ ਵੀ ਲੋਕਾਂ ਨੂੰ ਮੇਰੀ ਆਵਾਜ਼ ਲੋਕਾਂ ਤੱਕ ਨਹੀਂ ਪਹੁੰਚੀ ਮੇਰੇ ਲਫ਼ਜ਼ ਪਹੁੰਚੇ ਲੋਕੀ ਨੂੰ ਪਸੰਦ ਕਰਨ ਲੱਗ ਗਏ ਉਸ ਤੋਂ ਬਾਅਦ ਸਾਡਾ ਇਦਾਂ ਦਾ ਕੰਬੋ ਬਣਿਆ ਵੀ ਮੇਰੇ ਗੀਤਾਂ ਨੂੰ ਤੇ surjit paaji ਦੀ ਆਵਾਜ਼ ਨੂੰ ਹੁਣ ਤੱਕ ਲੋਕਾਂ ਨੇ ਬਹੁਤ ਸਾਰਾ ਪਿਆਰ ਦਿੱਤਾ ਅੱਛਾ ਬਹੁਤ ਗੀਤ ਐਟ ਹੋਏ ਉਸ ਤੋਂ ਬਾਅਦ ਤੁਸੀਂ ਹੁਣ ਤੱਕ ਕਿੰਨੇ ਗਾਣੇ ਲਿਖ ਚੁੱਕੇ ਹੋ ਕਿਉਂਕਿ ਬੜੇ ਗੀਤ ਜਿਹੜੇ ਮੈਂ ਡਾਇਰੀ ਤੇ ਬਹੁਤ ਘੱਟ ਲਿਖਦਾ ਅੱਛਾ 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 ਤੇ ਉਸਤਾਦ ਜੀ ਗੀਤਕਾਰੀ ਚ ਲਖਵਿੰਦਰ ਮਾਨ ਜੀ ਮੈਨੂੰ ਕਹਿੰਦੇ ਹੁੰਦੇ ਕਿ ਲਿਖਿਆ ਕਰ ਅੱਛਾ 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 ਪਰ ਪਤਾ ਨਹੀਂ ਕਿਉਂ ਆਲਸ ਹੈ ਕਿਉਂ ਆ ਮੈਨੂੰ ਨਹੀਂ ਪਤਾ ਇਹ ਮੇਰੇ ਅੱਧੋਂ ਜ਼ਿਆਦਾ ਗੀਤ ਜਿਹੜੇ ਮਾਈਂਡ ਚ ਹੀ ਫਿਰਦੇ ਮਾਈਂਡ ਚ ਹੀ ਆ ਥੋੜੇ ਬਹੁਤ ਡਾਇਰੀਆਂ ਤੇ ਪਰ ਮੇਰਾ ਅੰਦਾਜ਼ਾ ਵੀ 2-250 ਗੀਤ ਸ਼ਾਇਦ ਲਿਖਿਓ ਇੰਨੇ ਗਾਣੇ ਹੈਗੇ ਜਿਦੇ ਚੋਂ 35 ਜਾਂ 36 ਪੁਲਰ ਭਾਜੀ ਨੇ ਗਾਤੇ ਆਂ ਪਰ ਪਿੱਟਲੋਂ ਨੇ ਗਾਇਆ ਸੀ ਕਿ ਹੋਰ ਇੱਕ ਦੋ ਸਿੰਗਰ ਹੂੰ ਹੂੰ ਮੇਰੀਆਂ ਆਪੀਆਂ ਤੇ ਨ ਉਹ ਕਿਹੜਾ ਵੇਲਾ ਸੀਗਾ ਜਦੋਂ ਤੁਸੀਂ ਸੋਚਿਆ ਕਿ ਹਾਂਜੀ ਹੁਣ ਮੈਨੂੰ ਸਿੰਗਰ ਬੰਨਾ ਚਾਹੀਦਾ ਜੋ ਮੇਰਾ ਪੈਸ਼ਨ ਸੀਗਾ ਕਿ ਮੈਂ ਸਿੰਗਰ ਬੰਨਾ ਆ ਜਾਂ ਇਹੀ ਰਾਈਟ ਟਾਈਮ ਹੈ ਕਿ ਹੁਣ ਮੈਂ ਐਜ਼ ਏ ਸਿੰਗਰ ਕੋਈ ਆਪਣੀ ਐਲਬਮ ਕੱਢ ਦਵਾਂ ਅਸਲਤ ਨਾਲ ਜੀ ਉਹ ਵੇਲਾ ਕਿਹੜਾ ਸੀਗਾ ਤੇ ਕਿਸ ਤਰ੍ਹਾਂ ਉਹ ਸਬਬ ਬਣਿਆ ਸਬਬ ਜਿਹੜਾ ਜਦੋਂ ਪੁਲਰਪਾ ਜੀ ਵਾਲੇ ਗੀਤਾਂ ਨੂੰ ਕਾਫੀ ਵਧੀਆ ਮਿਲਣ ਲੱਗ ਗਏ ਹਾਂਜੀ ਹਾਂਜੀ ਤਾਂ ਮੈਨੂੰ ਆਇ ਲੱਗਿਆ ਵੀ ਮੈਂ ਹੁਣ ਹੋ ਸਕਦਾ ਅੱਛਾ ਜੀ ਜੋਸ਼ ਵੱਧ ਗਿਆ ਹਾਂ ਹਾਂ ਤਾਂ ਮੈਂ ਤਾਂ ਬੜੇ ਚਿਰ ਤੋਂ ਚਾਹੁੰਦਾ ਸੀਗਾ ਪਰ ਕੁਝ ਟ੍ਰੇਡ ਦੇ ਹਾਲਾਤ ਇਦਾਂ ਦੇ ਸੀ ਕਰਦਿਆਂ ਕਰਾਉਂਦੇ ਆ 2007 ਚ 2006 ਚ ਮੈਂ ਉਹ ਟੇਪ ਰਿਕਾਰਡ ਕੀਤੀ ਸੀ 2007 ਚ ਫਿਰ ਪਹਿਲੀ ਟੇਪ ਜਿੰਦਲੀ ਜਦੋਂ ਆਕੇ ਮੈਨੂੰ ਇਹ ਲੱਗਿਆ ਵੀ ਹਾਂ ਕੁਝ ਹੋ ਸਕਦਾ ਹੈ ਮੇਰੇ 'ਚ ਕੋਈ ਟੈਲੈਂਟ ਹੈ ਹੂੰ 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 ਤਾਂ ਉਹ 2007 ਚ ਮੈਂ ਪਹਿਲੀ ਟੇਪ ਕੀਤੀ ਸੀ ਅੱਛਾ ਜੀ ਤਾਂ ਜੀ ਰੈਕੋਰਡਸ ਤੋਂ ਓਕੇ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਚੱਲਦਾ ਗਿਆ ਹੌਲੀ ਹੌਲੀ ਚੱਲਦਾ ਗਿਆ ਕੀ ਉਹ ਮੁਸ਼ਕਲ ਸੀਗਾ ਉਹ ਦੌਰ ਮੁਸ਼ਕਲ ਸੀਗਾ ਜਦੋਂ ਤੁਸੀਂ ਐਜ਼ ਅ ਰਾਈਟਰ ਤੋਂ ਸਿੰਗਿੰਗ ਲਾਈਨ ਦੇ ਵਿੱਚ ਆਏ ਕੀ ਤੁਹਾਨੂੰ ਕੋਈ ਮੁਸ਼ਕਲ ਆਈਆਂ ਉਸ ਪੀਰੀਅਡ ਦੇ ਦੌਰਾਨ ਬਹੁਤ ਜਿਆਦੀਆਂ ਜੀ ਕਿਸ ਤਰ੍ਹਾਂ ਦੀਆਂ ਬਹੁਤ ਜ਼ਿਆਦੀਆਂ ਮੈਂ ਕਿਹਾ 10 ਕਟਾ ਵੀ ਇੱਕ ਤਾਂ ਸਾਡਾ ਬਾਰਡਰ ਲੱਕ ਹੂੰ ਹੂੰ ਦੂਜਾ ਫਾਈਨੈਂਸ਼ਲੀ ਇਨ ਅ ਸਟਰੋਂਗ ਨੇਸ਼ਨ ਅੱਛਾ ਅੱਛਾ ਤੇ ਟ੍ਰੇਡ ਦੇ ਹਾਲਾਤ ਇਦਾਂ ਦੇ ਬਣ ਗਏ ਨੇ ਵੀ ਰਾਈਟ ਬਹੁਤ ਜ਼ਿਆਦਾ ਰੁਪਈਆ ਪੈਸਾ ਚਾਹੀਦਾ ਹੂੰ ਤੋ ਪ੍ਰੋਡਿਊਸਰਾਂ ਕੋਲੇ ਜਾਣਾ ਕੰਪਨੀਆਂ ਚ ਜਾਣਾ ਕੁਝ ਸਮਾਂ ਇਹੋ ਜਿਹਾ ਸੀਗਾ ਵੀ ਜਿਹੜੀ ਕੰਪਨੀ ਜਾਣਾ ਜਾਂ ਤਾਂ ਕੰਪਨੀ ਬੰਦ ਹੋ ਜਾਣੀ ਅੱਛਾ ਜਾਂ ਪ੍ਰੋਡਿਊਸਰ ਦੀ ਡੈਥ ਹੋ ਜਾਣੀ ਇੱਕ ਦੋ ਕੰਪਨੀਆਂ ਇਹੋ ਜਿਹੀਆਂ ਬਹੁਤ ਬਹੁਤ ਸਾਰਾ ਉਹਨਾਂ ਦਾ ਜਿਹੜਾ ਹੋਰ ਰਿਲੀਜ਼ ਕੀਤੇ ਪ੍ਰੋਜੈਕਟ ਹੈ ਕਿਸੇ ਦਾ ਮਾਲ ਫੜਿਆ ਗਿਆ ਅਖੀਰ ਤੱਕ ਮੈਨੂੰ ਐਂ ਲੱਗਣ ਲੱਗਿਆ ਯਾਰ ਮੈਂ ਅਨਲੱਕੀ ਐ। ਅੱਛਾ। ਫਿਰ ਮੈਂ ਜਿੱਥੇ ਜਾ ਨਬੂਏ ਬੰਦ ਹੋ ਜਾਂਦੇ ਆ। ਪਰ ਫਿਰ ਇੱਕ ਪੈਸ਼ਨ ਜਿਹਾ ਮਿਲਿਆ ਮੇਰਾ ਇੱਕ ਦੋਸਤ ਸੀਗਾ। ਉਹਨੇ ਮੇਰੀ ਜੇ ਰੈਕੋਰਡਸ ਨਾਲ ਗੱਲ ਕਰਾਈ। ਉਹ ਉਤੋਂ ਤੱਕ ਦਾ ਜਿਹੜਾ ਸਫਰ ਸੀ ਨਾ ਬਹੁਤ ਔਖਾ ਸੀ। ਪਰ ਉਸ ਤੋਂ ਬਾਅਦ ਫਿਰ ਕਾਫੀ ਠੀਕ ਹੋ ਗਿਆ। ਚਲੋ। ਔਰ ਉਸ ਤੋਂ ਬਾਅਦ ਜਿਹੜਾ 2007 ਤੋਂ ਲੈ ਕੇ 12 ਤੱਕ ਫਿਰ ਗੈਪ ਪੈ ਗਿਆ ਵਿੱਚ। ਕੁਝ ਮੁਸ਼ਕਲਾਂ ਆਣਗੀਆਂ। ਉਹ ਫਿਰ 5 ਸਾਲ ਮੈਨੂੰ ਇਦਾਂ ਲੱਗਿਆ ਮੇਰੀ ਸਟਰਗਲ ਦੁਬਾਰਾ ਤੋਂ ਫਿਰ ਸ਼ੁਰੂ ਹੋ ਗਈ। ਤਾਂ ਫਿਰ ਮੈਨੂੰ ਆਨੰਦ 뮤ਜ਼ਿਕ ਦੇ ਪ੍ਰੋਡਿਊਸ ਐਮਲੀ ਫਿਰ ਹੁਣ ਮੇਰੀਆਂ ਮੁਸ਼ਕਲਾਂ ਤਕਰੀਬਨ ਤਕਰੀਬਨ ਉਹਨੇ ਸੰਭਾਲ ਲਈਆਂ ਨੇ ਚਲੋ ਬਹੁਤ ਵਧੀਆ ਜੀ ਹੁਣ ਇਸ ਚੀਜ਼ ਨੂੰ ਸੈਲੀਬ੍ਰੇਟ ਵੀ ਕਰਦੇ ਆਪਾਂ ਤੇ ਗਾਣਾ ਤੁਹਾਡਾ ਸੁਣਨਾ ਚਾਹਾਂਗੇ ਜਿਹੜਾ ਤੁਹਾਡਾ ਪਹਿਲਾ ਗੀਤ ਸੀਗਾ ਅ ਜੀ ਹਾਂਜੀ ਬਿਲਕੁਲ ਜੀ ਬਿਲਕੁਲ ਕੀ ਪੁੱਛਦੇ ਵੇ ਤੈਨੂੰ ਕੀ ਦੱਸ ਦਿਆਂ ਜੋ ਕੁਝ ਹੋਇਆ ਮੇਰੇ ਜੀ ਦੱਸ ਦਿਆਂ ਇਨਾ ਧਰਤੀ ਦਾ ਹੋਣਾ ਵੀ ਨਹੀਂ ਭਾਰ ਸੋਹਣਿਆ ਵੇ ਜਿੰਨਾ ਜਿੰਦੜੀ ਨੂੰ ਤੇਰੇ ਨਾਲ ਜਿੰਨਾ ਜਿੰਦੜੀ ਨੂੰ ਤੇਰੇ ਨਾਲ ਪਿਆਰ ਸੋਹਣਾ ਪਿਆਰ ਸੋਹਣਾ ਵੇ ਪਿਆਰ ਸੋਹਣਾ ਕੀ ਬਾਤ ਹੈ ਜੀ ਕੀ ਬਾਤ ਹੈ ਲੋ ਜੀ ਦੋਸਤਾਂ ਅੱਜ ਬਹੁਤ ਸਾਰੀਆਂ ਆਪਾਂ ਗੱਲਾਂ ਕਰਾਂਗੇ ਇਹਨਾਂ ਦੀ ਜਿਹੜੀ ਨਵੀਂ ਐਲਬਮ ਹੈ ਉਸ ਦੇ ਬਾਰੇ ਪਰ ਵੇਲਾ ਹੋ ਗਿਆ ਜੀ ਬ੍ਰੇਕ ਦਾ ਮਿਲਦੇ ਆਂ ਬ੍ਰੇਕ ਤੋਂ ਬਾਅਦ ਪ੍ਰੇਖਤ ਬਾਦ ਇੱਕ ਵਾਰ ਫੇਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪੀਟੀਸੀ ਸਪੌਟਲਾਈਟ ਦੇ ਵਿੱਚ ਤੇ ਸਾਡੇ ਨਾਲ ਅੱਜ ਬੈਠੇ ਨੇ ਜੀ ਸੰਧੂ ਸੁਰਜੀਤ ਜੀ ਸੰਧੂ ਜੀ ਆਪਾਂ ਗੱਲਬਾਤ ਕਰ ਰਹੇ ਹਾਂ ਤੁਹਾਡੇ ਰਾਈਟਿੰਗ ਕਰੀਅਰ ਦੇ ਬਾਰੇ ਉਸ ਤੋਂ ਬਾਅਦ ਸਿੰਗਿੰਗ ਕਰੀਅਰ ਦੇ ਬਾਰੇ ਆਪਾਂ ਗੱਲਾਂ ਕੀਤੀਆਂ ਆ ਆਪਾਂ ਸਾਰੇ ਜਾਣਦੇ ਹਾਂ ਕਿ ਤੁਹਾਡੀ ਆਲਰੇਡੀ ਤਿੰਨ ਦੋ ਐਲਬਮ ਜੋ ਤੁਸੀਂ ਕੱਢਿਆ ਜਿੰਦੜੀ ਗੋਰਾ ਮਾਹੀ ਉਸ ਤੋਂ ਬਾਅਦ ਹੁਣ ਤੁਹਾਡੀ ਲੇਟੈਸਟ ਐਲਬਮ ਜਿਹੜੀ ਚੱਲ ਰਹੀ ਹੈ ਸਲੀਪਰਸ ਉਸ ਦੇ ਬਾਰੇ ਅਸੀਂ ਤੁਹਾਡੇ ਤੋਂ ਪੁੱਛਣਾ ਚਾਹਾਂਗੇ ਕਿ ਸਲੀਪਰਸ ਕਿਸ ਤਰ੍ਹਾਂ ਤੁਸੀਂ ਉਸ ਦੀ ਸ਼ੁਰੂਆਤ ਕੀਤੀ ਕੀ ਸੋਚ ਕੇ ਤੁਸੀਂ ਟਾਈਟਲ ਰੱਖਿਆ ਸਲੀਪਰਸ ਦਾ ਇਹ ਸਾਨੂੰ ਦੱਸੋ ਸਲੀਪਰ ਦੀ ਸ਼ੁਰੂਆਤ ਤਾਂ ਚਲੋ ਰੂਟੀਨ ਵਾਈਜ਼ ਤਾਂ ਉਹਦੇ ਚ ਇੱਕ ਗੀਤ ਸੀਗਾ ਜਿਹੜਾ ਕਾਫੀ ਡਾਂਸਿੰਗ ਬੀਟ ਸੀਗਾ ਵਧੀਆ ਸੀ ਜੋ ਅੱਜ ਦਾ ਮਾਹੌਲ ਹੈ ਹਾਂਜੀ ਹਾਂਜੀ ਤਾਂ ਮੁਕੇਸ਼ਪਾ ਜੀ ਕਹਿੰਦੇ ਵੀ ਆਪਾਂ ਟਾਈਟਲ ਸਲੀਪਰ ਰੱਖ ਲਿਆ ਅੱਛਾ ਜਦੋਂ ਕਿ ਗੀਤ ਹੋਰ ਵੀ ਕਾਫੀ ਹੁੰਦੇ ਨੇ ਸਲੀਪਰ ਕਿਉਂ ਰੀਜ਼ਨ ਉਹ ਗੀਤ ਹੈ ਉੱਚੀ ਐਡੀ ਦੇ ਸਲੀਪਰਾਂ ਵਾਲੀ ਅੱਛਾ ਅੱਛਾ ਜੀ ਠੀਕ ਹੈ ਜੀ ਉਹ ਸਾਨੂੰ ਸੋਹਣਾ ਲੱਗਿਆ ਇੱਕ ਛੋਟਾ ਲੱਗਿਆ ਠੀਕ ਹੈ ਤੇ ਉਹ ਗਾਣਾ ਅਸੀਂ ਸੁਣਨਾ ਚਾਹਾਂਗੇ ਬੜਾ ਇੰਟਰਸਟਿੰਗ ਲੱਗ ਰਿਹਾ ਹੈ ਫ੍ਰੀਜ਼ ਹਾਂਜੀ ਹੋਏ ਉੱਚੀ ਅੱਡੀ ਦੇ ਸਲੀਪ ਰਾਵਾਲੀ ਮੋਨੇ ਕੈਂਡੀਆਂ ਖਵਾ ਕੇ ਪਾਲੀ ਕੀ ਬਾਤ ਹੈ ਜੀ ਕੀ ਬਾਤ ਇਸ ਐਲਬਮ ਦੇ ਵਿੱਚ ਗਾਣੇ ਗੀਤ ਕਿੰਨੇ ਨੇ ਇਹਦੇ ਵਿੱਚ ਟੋਟਲ 8 ਗੀਤ ਨੇ ਤੇ ਕਿਸ ਕਿਸ ਫਲੇਵਰ ਦੇ ਗੀਤ ਨੇ ਇਸ ਦੇ ਵਿੱਚ ਇਹਦੇ ਵਿੱਚ ਜੋ ਡਰਮੈਂਟਿਕ ਵੀ ਹੈਗੇ ਜੀ ਅੱਛਾ ਜੀ ਜਦੋਂ ਜਿਹੜਾ ਸਾਡਾ ਇੱਕ ਸੁਭਾਅ ਹੁੰਦਾ ਹੈ ਹਾਂਜੀ ਪਿੰਡੂ ਸੁਭਾਅ ਅੱਛਾ ਉਹੀ ਹੈਗਾ ਸਾਡੀ ਫੁਕਰੇ ਬੰਦੇ ਨਾਲ ਥੋੜੀ ਘੱਟ ਬਣਦੀ ਹੈ ਹਾਂ 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 ਪਿੰਡੂ ਮੁੰਡਿਆਂ ਦੀ ਗੱਲ ਵੀ ਹੈ ਵੀ ਲਿਖ ਕੇ ਤੇਰਾ ਨਾਂ ਉੱਤੇ ਜੱਟ ਫੋਰ ਸ਼ਿੰਗਾਰੀ ਫਿਰਦਾ ਨਹੀਂ ਮਤਲਬ ਕੋਸ਼ਿਸ਼ ਕੀਤੀ ਵੀ ਹਰ ਵਰਗ ਨੂੰ ਨਾਲ ਲੈ ਕੇ ਚਲੀਏ ਓਕੇ 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 ਠੀਕ ਹੈ ਤੇ ਇਹ ਇਹ ਗੀਤ ਤੁਸੀਂ ਆਪਣੀ ਆਲਬਮ ਦੇ ਖੁਦ ਲਿਖੇ ਜਾਂ ਕਿਸੇ ਤੋਂ ਇਹ ਇੱਕ ਗੀਤ ਮੁੰਡਾ ਹੈਗਾ ਜੀ ਹਰਜੀਤ ਬਰਾੜ ਉਹਦਾ ਲਿਖਿਆ ਅੱਛਾ ਜੀ ਸੱਤ ਮੇਰੇ ਆਪਣੇ ਨੇ ਅੱਛਾ ਸੱਤ ਦੇ ਸੱਤ ਤੁਸੀਂ ਖੁਦ ਲਿਖਿਆ ਜੀ ਹਾਂ ਅੱਛਾ ਕਿਆ ਬਾਤ ਹੈ ਜੀ ਮਤਲਬ ਇਹ ਸਾਨੂੰ ਦੱਸੋ ਸੰਦੂ ਜੀ ਜਿਹੜੇ ਤੁਸੀਂ ਹੁਣ ਤੱਕ ਐਲਬਮਾਂ ਕੱਢੀਆਂ ਨੇ ਜਿਹਨਾਂ ਐਲਬਮਸ ਕੱਢੀਆਂ ਨੇ ਉਸ ਦੇ ਵਿੱਚ ਸਾਰੇ ਗੀਤ ਤੁਸੀਂ ਖੁਦ ਨੇ ਲਿਖੇ ਆ? ਆ ਗੋਰਾ ਮਹੀਦ ਸਾਰੇ ਮੇਰੇ ਆਪਣੇ ਸੀ। ਅੱਛਾ ਜੀ। ਜਿੰਦੜੀ ਚ ਮੇਰੇ 6 ਗੀਤ ਆਪਣੇ ਸੀ। ਹੂੰ ਹੂੰ ਹੂੰ। ਐਤ ਕੀ ਸਾਥ ਤੇ ਇਹ ਕੀ ਰੀਜ਼ਨ ਹੈ ਕਿ ਤੁਸੀਂ ਆਪਣੇ ਹੀ ਖੁਦ ਦੇ ਗੀਤ ਚੁਣਦੇ ਆ? ਕੀ ਕਦੀ ਇਹ ਨਹੀਂ ਮਹਿਸੂਸ ਹੋਇਆ ਤੁਹਾਨੂੰ ਕਿ ਸ਼ਾਇਦ ਮੈਨੂੰ ਕਿਸੇ ਹੋਰ ਗੀਤਕਾਰ ਦੇ ਗੀਤ ਸੁਣਨੇ ਚਾਹੀਦੇ ਨੇ ਜਾਂ ਲੈਣੇ ਚਾਹੀਦੇ ਨੇ ਜਾਂ ਮੈਂ ਉਹਨਾਂ ਨੂੰ ਗਾ ਸਕਦਾ? ਇਸ ਦੇ ਪਿੱਛੇ ਕੀ ਰੀਜ਼ਨ ਹੈ ਕਿ ਤੁਸੀਂ ਖੁਦ ਦੇ ਗੀਤ ਖੁਦ ਹੀ ਗਾਨੇ ਹੋ ਕਈ ਬੰਦੇ ਲਿਖਦੇ ਬਹੁਤ ਸੋਹਣਾ ਜਿੱਦਾਂ ਹਰਜੀਤ ਬਰਾੜ ਨੇ ਲਿਖਿਆ ਸੀ ਮੈਨੂੰ ਗੀਤ ਚੰਗਾ ਲੱਗੇ ਮੈਂ ਲੈ ਲਿਆ ਅੱਛਾ ਜਿੰਨਾ ਬੰਦੇ ਦੇ ਗੀਤ ਵਧੀਆ ਲੱਗਦੇ ਆ ਉਹ ਮੇਥੋਂ ਸੀਨੀਅਰ ਇਹਨਾਂ ਨੇ ਉਹਨਾਂ ਤੋਂ ਮੰਗਣ ਦੀ ਹਿੰਮਤ ਨਹੀਂ ਪੈਂਦੀ ਮੈਂ ਕਿਹਾ ਵੀ ਦੱਸ ਜਿੱਦਾਂ ਲਖਵਿੰਦਰ ਮਾਨ ਜੀ ਅੱਛਾ ਔਰ ਸਾਡੇ ਬਾਬਾਪੋਟ ਸਰਦਾਰ ਬਾਬੂ ਸਿੰਘ ਮਾਨ ਜੀ ਉਹਨਾਂ ਦੇ ਗੀਤ ਲੱਗਦੇ ਬਹੁਤ ਸੋਹਣੇ ਆ ਪਰ ਉਹ ਇਹ ਜਿਹਾ ਲੱਗਦਾ ਵੀ ਛੋਟਾ ਮੂੰਹ ਵੱਡੀ ਗੱਲ ਉਹਨੂੰ ਕਿਵੇਂ ਕਵਾਂ ਵੀ ਮਾਨ ਸਾ ਮੈਨੂੰ ਆ ਗੀਤ ਚੰਗਾ ਲੱਗਦਾ ਜਦੋਂ ਕਿ ਉਹ ਮੈਨੂੰ ਇੱਕ ਬੱਚਿਆਂ ਵਾਂਗੂ ਬੜਾ ਕੁਝ ਦੱਸ ਰਿਹਾ ਸਮਝ ਉਹਨਾਂ ਤੋਂ ਮੰਗ ਨਹੀਂ ਸਕਦੇ ਜਿਹੜੇ ਹੋਰ ਗੀਤ ਉਹਨਾਂ ਦੇ ਮੈਨੂੰ ਪਸੰਦ ਨਹੀਂ ਹੁੰਦੇ ਹੋਰ ਗੀਤਕਾਰਾਂ ਦੇ ਗੀਤ ਕਈ ਵਾਰੀ ਚੰਗੇ ਨਹੀਂ ਲੱਗਦੇ اچھا ਮਤਲਬ ਇੱਕ ਖੁਦ ਗੀਤਕਾਰ ਹੋਣ ਦੇ ਨਾਤੇ ਉਹੀ ਗੀਤ ਨੂੰ ਵਧੀਆ ਕਹਾਂਗੇ ਜਿਹੜਾ ਸਾਡੀ ਸੋਚ ਤੋਂ ਅੱਗੇ ਹੋਗਾ ਅੱਛਾ ਜੀ ਯਾ ਇਹ ਲੱਗਦਾ ਹੋਊਗਾ ਵੀ ਆਹ ਸਬਜੈਕਟ ਮੈਂ ਨਹੀਂ ਫਰੋਲ ਸਕਿਆ ਫਰੋਲਿਆ ਤਾਂ ਵਧੀਆ अच्छा <laughs> कोई तो, तो, तो मतलब तो ਤੁਹਾਨੂੰ ਆਪ ਦੇ ਗੀਤ ਖੁਦ ਹੀ ਪਸੰਦ ਨੇ ਇਸੇ ਕਰਕੇ ਤੁਸੀਂ ਉਹਨਾਂ ਗੀਤਾਂ ਨੂੰ ਖੁਦ ਹੀ ਗਾਣਾ ਪਸੰਦ ਕਰਦੇ ਹੋ ਮਤਲਬ ਐਦਾਂ ਮਤਲਬ ਐ ਵੀ ਨਹੀਂ ਵੀ ਇਹ ਈਗੋ ਨਹੀਂ ਕਹਿ ਸਕਦਾ ਵੀ ਮੈਨੂੰ ਮੇਰੇ ਹੀ ਪਸੰਦ ਆਉਂਦੇ ਆ ਪਰ ਉਹਦਾ ਕਾਰਨ ਇਹ ਹੈ ਵੀ ਮੈਨੂੰ ਐ ਲੱਗਦਾ ਹੁੰਦਾ ਯਾਰ ਕੋਈ ਮੇਥੋਂ ਜੇ ਅੱਗੇ ਦੀ ਗੱਲ ਕਰੇ ਤਾਂ ਮੈਂ ਜ਼ਰੂਰ ਲਵਾਂ ਰਾਈਟ ਰਾਈਟ ਵੀ ਮੈਂ ਜਿੱਦਾਂ ਦਾ ਲਿਖ ਰਿਹਾ ਠੀਕ ਹੈ ਜੀ ਉਹ ਮੈਨੂੰ ਲੱਗਦਾ ਹੁੰਦਾ ਵੀ ਮੈਂ ਕਰ ਸਕਦਾ ਹੂੰ ਸੱਦੂ ਸਾਹਿਬ ਕੀ ਹੁੰਦਾ ਕਿ ਇੱਕ ਐਲਬਮ ਦੇ ਲਈ ਇੱਕ ਗਾਣੇ ਦੇ ਲਈ 뮤직 ਬਹੁਤ ਵੱਡਾ ਰੋਲ ਪਲੇ ਕਰਦਾ ਹੈ ਕਿਉਂਕਿ 뮤직 ਗਾਣੇ ਦੀ ਰੰਗੋ ਜੜ ਹੁੰਦਾ ਜੀ ਬਿਲਕੁਲ ਜੜ ਹੁੰਦਾ ਆ ਪਾ ਸਕਦੇ ਆ ਇਹ ਦੱਸੋ ਕਿ ਮਿਊਜ਼ਿਕ ਇਸ ਐਲਬਮ ਦੇ ਵਿੱਚ ਕਿਹਨੇ ਦਿੱਤਾ ਮੇਰਾ ਜੀ ਤਿੰਨੋਂ ਐਲਬਮ ਦਾ ਹੀ ਪਹਿਲੀ ਦਾ ਵੀ ਜਵਾਇ ਅਤਲ ਜੀ ਨੇ ਕੀਤਾ ਸੀ ਹੂੰ ਹੂੰ ਉਹਦੇ ਚ ਪੰਜ ਗੀਤ ਜਿੰਮੀ ਗਾਣੂ ਸੀਗੇ ਮੁੰਡੇ ਉਹਨਾਂ ਨੇ ਕੀਤਾ ਸੀ ਉਸ ਤੋਂ ਬਾਅਦ ਗੋਰਾ ਮਾਹੀ ਵੀ ਇਹ ਵੀ ਤੇ ਮੇਰੇ ਵੱਡੇ ਭਾਈ ਜੀ ਨੇ ਬਹੁਤ ਅੱਛੇ ਮਿਊਜ਼ਿਕ ਡਾਇਰੈਕਟਰ ਨੇ ਅੱਛਾ ਜੀ ਜਵਾਇ ਅਤਲ ਜੀ ਉਹੀ ਕਰ ਰਹੇ ਆ ਔਰ ਅੱਗੇ ਵੀ ਜੋ ਅਸੀਂ ਕਰਦੇ ਹਾਂ ਉਮੀਦ ਆ ਵੀ ਉਹਨੂੰ ਤੇ ਕਰਾਂਗੇ ਕਿਉਂਕਿ ਇੱਕ ਹੁੰਦਾ ਕਿਸੇ ਦਾ ਫੀਲਡ ਨੂੰ ਸਮਝਣਾ ਹੂੰ ਹੂੰ ਮੰਨ ਲਓ ਮੇਰੀ ਮੇਰੇ ਗੀਤਾਂ ਨੂੰ ਹੂੰ ਹੂੰ ਗੀਤਾਂ ਦੇ ਫੀਲ ਨੂੰ ਮਿਊਜ਼ਿਕ ਦੇ ਫੀਲ ਨੂੰ ਮੈਨੂੰ ਲੱਗਦਾ ਬਹੁਤ ਅچھے ਤਰੀਕੇ ਨਾਲ ਸਮਝਦੇ ਤੇ ਤਿੰਨੇ ਟੈਪਾਂ ਦਾ ਪਹਿਲਾਂ ਵੀ ਉਹਨਾਂ ਨੇ ਕੀਤਾ ਅੱਛਾ ਜੀ ਔਰ ਅੱਗੇ ਵੀ ਮੇਰੀ ਕੋਸ਼ਿਸ਼ ਹੋਊਗੀ ਵੀ ਉਹੀ ਕਰਨ ਤੇ ਕੀ ਬਾਤ ਹੈ ਜੀ ਕੀ ਬਾਤ ਹੈ ਵੈਰੀ ਨਾਈਸ ਤੇ ਇਸ ਐਲਬਮ ਦੀਆਂ ਵੀਡੀਓਜ਼ ਕਿੰਨੀਆਂ ਬਣੀਆਂ ਨੇ ਕਿੰਨੇ ਗੀਤਾਂ ਦੀਆਂ ਵੀਡੀਓਜ਼ ਬਣ ਗਿਆ ਇਹਦੇ ਤਿੰਨ ਵੀਡੀਓ ਬਣ ਗਏ ਜੀ ਅੱਛਾ ਬਾਜੀ ਤੁਸੀਂ ਵੀਡੀਓਜ਼ ਦੀ ਗੱਲ ਕੀਤੀ ਸੀ ਜਿਹੜੇ ਸਲੀਪਰ ਐਲਬਮ ਹੈ ਤੁਹਾਡੀ ਉਸ ਵਿੱਚ ਤਿੰਨ ਗੀਤ ਜਿਹੜੇ ਨੇ ਉਹਨਾਂ ਦੇ ਵੀਡੀਓ ਨੂੰ ਕਿੰਨੇ ਨੇ ਡਾਇਰੈਕਟ ਕੀਤਾ ਇਹਦੇ ਵਿੱਚ ਫੁਕਰੇ ਵੀਡੀਓ ਜਿਹੜਾ ਕੀਤਾ ਜੀ ਸ਼ੂਟ ਉਹ ਮੇਰੇ ਬਹੁਤ ਪਿਆਰੇ ਵੀਰ ਜੈਸੀ ਭਾਜੀ ਅੱਛਾ ਜੀ ਉਹਨਾਂ ਨੇ ਕਰਿਆ ਹੂੰ ਹੂੰ ਸਲੀਪਰ ਗੀਤ ਤਾਜ ਭਾਜੀ ਨੇ ਕੀਤਾ ਸੀ ਹੂੰ ਹੂੰ ਔਰ ਸਕੂਟੀ ਗੀਤ प्रमोद ਰਾਣਾ ਜੀ ਨੇ ਕੀਤਾ ਅੱਛਾ ਭਾਜੀ ਮੈਨੂੰ ਇਹ ਵੀ ਪਤਾ ਲੱਗਿਆ ਕਿ ਸਲੀਪਰ ਐਲਬਮ ਦੇ ਵਿੱਚ ਤੁਸੀਂ 듀ਇਟ Songਸ ਗਾਏ ਨੇ ਦੋ ਜੀ ਜੀ ਉਸ ਦੇ ਬਾਰੇ 사ਣਾ ਦੱਸੋ ਮੇਰੇ ਗੀਤਾਂ ਚ ਨਾ ਇੱਕ ਰੋਮਾਂਸ ਹੁੰਦਾ ਹੈ ਕਾਫੀ ਕੁਝ ਲੋਕਚੋਕ ਹੁੰਦੀ ਹੈ ਅੱਛਾ ਜਵਾਨੀ ਦੇ ਵਾਲਾ ਵਲੇ ਹੁੰਦੇ ਹੈ ਅੱਛਾ ਜੀ ਤਾਂ ਮੈਨੂੰ ਇਦਾਂ ਲੱਗਿਆ ਵੀ ਭੁੱਲਰ ਭਾਜੀ ਤਾਂ ਮੇਰੇ ਲਫ਼ਜ਼ਾਂ ਨੂੰ ਜ਼ੁਬਾਨ ਦੇ ਰਹੇ ਹੈ ਅੱਛਾ ਜੀ ਐਤ ਕਿ ਇਦਾਂ ਲੱਗਿਆ ਵੀ ਯਾਰ ਖੁਦ ਵੀ ਆਪਣੇ ਫੀਲ ਨੂੰ ਲੋਕਾਂ ਸਾਹਮਣੇ ਪਬਲਿਕ ਸਾਹਮਣੇ ਰੱਖ ਕੇ ਵੇਖਾ ਤੋ ਤਾਂ ਰੱਖੇ ਇੱਕ ਤਾਂ ਸੀਗਾ ਅਜ ਤੜਕੇ ਸੁਪਨੇ ਵਿੱਚ ਮਈ ਆ ਮੈਂ ਤੇਰੇ ਨਾਲ ਵਿਆਹੀ ਗਈ ਹਾਂ 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 ਤੋ ਮੁੰਡੇ ਦੀ ਟੇਕ ਲਾਈ ਸੀ ਮੈਨੂੰ ਦਸ ਕਾਂ ਚੜਿਆ ਕੋੜੀ ਤੇ ਮੈਂ ਕਿਹਦੇ ਵਰਗਾ ਲੱਗਦਾ ਸੀ ਹਾਂ ਤੇ ਇੱਕ ਕੁਝ ਬੋਲ ਗੋਰੀ ਇਹਨੀ ਗੱਲ ਕਿੱਥੇ ਖੜੀ ਐ ਠੀਕ ਹੈ ਜੀ ਜਿਹੜਾ ਉਹ ਪਹਿਲਾ ਸੁਪਨੇ ਗੀਤ ਹੈ ਹਮ ਹਮ ਉਹ ਮੈਨੂੰ ਲੱਗਦਾ ਦਰਸ਼ਕਾਂ ਨੂੰ ਕਾਫੀ ਪਸੰਦ ਆਊਗਾ ਨਹੀਂ ਤੇ ਤੁਹਾਡਾ ਐਕਸਪੀਰੀਅੰਸ ਕਿਵੇਂ ਰਿਹਾ ਡੂ ਇਟ ਸੌਂਗ ਕਰਕੇ ਕਾਫੀ ਠੀਕ ਰਿਹਾ ਵਧੀਆ ਰਿਹਾ ਕਿਉਂਕਿ ਇਦਾਂ ਨਾ ਜੀ ਦੇਖੋ ਕੁਦਰਤ ਨੇ ਵੀ ਜੋੜੀਆਂ ਬਣਾਈਆਂ ਨੇ ਹਰ ਇੱਕ ਚੀਜ਼ ਡਬਲ ਹੈ ਜੋੜੀ ਹੈ ਤਾਂ ਡਿਊਟ ਜਿਹੜਾ ਸਵਾਲ ਜਵਾਬ ਆਉ ਉਹਦਾ ਐਕਸਪੀਰੀਅੰਸ ਵੱਖਰਾ ਹੈ ਮੈਂ ਰੋਮਾਂਟਿਕ ਸੁਭਾਅ ਦੇ ਤੁਸੀਂ ਗੱਲ ਕੀਤੀ ਲੱਗਦੇ ਹੋ ਤੁਸੀਂ ਕਿਹਾ ਕਿ ਮੈਂ ਬੜਾ ਰੋਮਾਂਟਿਕ Song ਲਿਖਦਾ ਹੈ ਇਸ ਦੇ ਪਿੱਛੇ ਕੋਈ ਰੀਜ਼ਨ ਪਤਾ ਨਹੀਂ ਜੀ ਪ੍ਰਮਾਤਮਾ ਰੂਪਾਤਮਾ ਵੀ ਮੈਂ ਕੁਦਰਤ ਦੀ ਕਾਇਨਾਤ ਚੰਗੀ ਲੱਗਦੀ ਹੈ ਜਾਂ ਕੋਈ ਜ਼ਿੰਦਗੀ ਦੇ ਰਿਸ਼ਤੇ ਹਾਂਜੀ ਹਾਂਜੀ ਜਾਂ ਜਿੱਦਾਂ ਕਈ ਵਾਰੀ ਸਾਨੂੰ ਜੀਵਨ ਸਾਥੀ ਇੰਨਾ ਵਧੀਆ ਮਿਲਿਆ ਹੁੰਦਾ ਵੀ ਉਹ ਸਾਨੂੰ ਮਾਹੌਲ ਇਦਾਂ ਦਾ ਦੇ ਰਿਹਾ ਜਦੋਂ ਮੈਂ ਮੇਰੀ ਵਾਈਫ ਰੂਪਨਦੀਪ ਤੁਨੂੰ ਮੌਲੀ ਦਾ ਨਾ ਮਿਲ ਰਿਹਾ ਜੋ ਏਗੀ ਤੋਂ ਉਪਜ ਰਿਹਾ ਹੈ। ਕੀ ਬਾਤ ਹੈ ਜੀ ਕੀ ਬਾਤ ਹੈ। ਚਲੋ ਇਸੇ ਤਰ੍ਹਾਂ ਪਿਆਰ ਤੁਹਾਡਾ ਬਣਿਆ ਰਵੇ। ਅਸੀਂ ਇਹ ਉਮੀਦ ਕਰਦੇ ਹਾਂ ਤੁਸੀਂ ਲਿਖਦੇ ਰਹੋ ਵਧੀਆ ਵਧੀਆ ਪਰ ਦੋਸਤੋ ਵੇਲਾ ਹੋ ਗਈ ਜੀ ਬ੍ਰੇਕ ਦਾ ਕਿਤੇ ਨਹੀਂ ਜਾਣਾ ਅਸੀਂ ਹੋਰ ਗੱਲਾਂ ਕਰਨੀਆਂ ਨੇ ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਪੀਟੀਸੀ ਸਪੌਟਲਾਈਟ ਦੇ ਵਿੱਚ। ਅਸੀਂ ਗੱਲਬਾਤ ਕਰ ਰਹੇ ਹਾਂ ਜੀ ਸੰਧੂ ਸਰਜੀ ਜੀ ਦੇ ਨਾਲ। ਜੀ ਜੀ। ਅੱਛਾ ਸੰਧੂ ਜੀ ਤੁਸੀਂ ਫੁਕਰੇ ਜਿਹੜਾ ਗਾਣਾ ਗਾਇਆ। ਜੀ। ਫੁਕਰੇ ਗਾਣਾ ਬੜਾ ਹਿੱਟ ਹੋਇਆ ਲੋਕਾਂ ਨੇ ਬੜਾ ਪ ਜਿਹੜਾ ਸਲੀਪਰਸ ਐਲਬਮ ਦੇ ਵਿੱਚੋਂ ਹੈ ਜੀ ਜੀ ਇਸ ਦੇ ਵਿੱਚ ਤੁਸੀਂ ਇੱਕ ਜਿਹੜੀ ਵੀਡੀਓ ਬਣਾਈ ਹੈ ਉਸ ਦੇ ਵਿੱਚ ਇਹ ਦਿਖਾਇਆ ਕਿ ਤੁਹਾਡੇ ਲਿਖੇ ਹੋਏ ਗੀਤਾਂ ਦੀ ਡਾਇਰੀ ਚੋਰੀ ਹੋ ਜਾਂਦੀ ਹੈ ਕੀ ਤੁਹਾਡੀ ਰੀਅਲ ਲਾਈਫ ਦੇ ਵਿੱਚ ਵੀ ਕਦੀ ਇਹੋ ਜਿਹਾ ਹੋਇਆ ਹੈ ਮੈਂ ਜੀ ਨਾਂ ਨਹੀਂ ਲੈਣਾ ਉਹਨਾਂ ਬੰਦਿਆਂ ਦਾ ਅੱਛਾ ਹੋਇਆ ਹੋਇਆ ਜੀ ਬਿਲਕੁਲ ਹੋਇਆ ਮਤਲਬ ਡਾਇਰੀ ਤਾਂ ਨਹੀਂ ਚੋਰੀ ਹੋਈ ਮੈਂ ਦੱਸਿਆ ਨਾ ਮੈਂ ਡਾਇਰੀ ਦੇ ਘੱਟ ਲਿਖਦਾ ਹੂੰ 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 ਤਾਂ ਪਰ ਉਹ ਆਈਡੀਆ ਜ਼ਰੂਰ ਚੋਰੀ ਹੋ ਗਏ ਆ ਹਾਂ ਹਾਂ ਪਰ ਚਲੋ ਇਦਾਂ ਵੇ ਤੇ ਲੀ ਜਾਂਦਾ ਉਹਨਾਂ ਦਾ ਵੀ ਮੇਰਾ ਵੀ ਮਤਲਬ دل ਦੀ ਪੜਾਅ ਤੁਸੀਂ ਉਹ ਉਸ ਗਾਣੇ ਦੇ ਵਿੱਚ ਕੱਢੀ ਬਿਲਕੁਲ ਜੀ ਬਿਲਕੁਲ ਇਸ ਵੀਡੀਓ ਚ ਟਿਕਾ ਕੇ ਪੜਾਅ ਕੱਢੀ ਸੀ ਅੱਛਾ ਠੀਕ ਹੈ ਜੀ ਅੱਛਾ ਤੁਹਾਡੀ ਜ਼ਿੰਦਗੀ ਦੇ ਵਿੱਚ ਉਹ ਕਿਹੜੇ ਲੋਕ ਨੇ ਇਹ ਤਾਂ ਗੱਲ ਹੋ ਗਈ ਜੀ ਤੁਸੀਂ ਕਈਆਂ ਲਈ ਪੜਾਅ ਕੱਢੀ ਜੀ ਪਰ ਜੇ ਤੁਹਾਡੀ ਜ਼ਿੰਦਗੀ ਦੇ ਵਿੱਚ ਇਹੋ ਜਿਹੇ ਲੋਗਾ ਦੀ ਗੱਲ ਕਰੀਏ ਜਿਨ੍ਹਾਂ ਨੇ ਤੁਹਾਨੂੰ ਬੜਾ ਸਪੋਰਟ ਕੀਤਾ ਹੈ ਉਹ ਕਿਹੜੇ ਲੋਕ ਨੇ ਜਿਨ੍ਹਾਂ ਨੇ ਤੁਹਾਡਾ ਬਹੁਤ ਸਾਥ ਦਿੱਤਾ ਹੈ ਉਹਨਾਂ ਚੋਂ ਜੀ ਮੇਰੇ ਬਹੁਤ ਪਿਆਰੇ ਮਿੱਤਰ ਪਵਨ ਕੁਮਾਰ ਸ਼ਰਮਾ ਜੀ ਅੱਛਾ ਜੀ ਬੋਰਡ ਗੈਲ ਜੀ ਸੀ ਗਰੁੱਪ ਇਸ ਕੰਮ ਵੀ ਇਕੱਠੀ ਕਰ ਰਹੇ ਅੱਜ ਅੱਛਾ ਜੀ 뮤지컬 ਗਰੁੱਪ ਚ ਅੱਛਾ ਜੀ ਫਾਦਰ ਸਾਹਿਬ ਨੇ ਪਹਿਲਾਂ ਕੁਝ ਵਿਰੋਧ ਕੀਤਾ ਫਿਰ ਉਹਨਾਂ ਨੂੰ ਐ ਲੱਗਿਆ ਪਤਾ ਨਹੀਂ ਉਹਨਾਂ ਨੇ ਥੋੜਾ ਚਿਰ ਰਹਿਣਾ ਸੀ 2010 ਚ ਚਲੇ ਗਏ ਸੀ ਹਾਂ ਤਾਂ ਮਗਰੋਂ ਆ ਕੇ ਉਹਨਾਂ ਨੇ ਬਹੁਤ ਸਪੋਰਟ ਕੀਤਾ ਇੱਕ ਮੇਰੇ ਸਿਸਟਰ ਇੱਕੋ ਹੀ ਨੇ ਰਵਿੰਦਰ ਕੌਰ ਭੁੱਲਣ ਹਾਂਜੀ ਤੋ ਜਿੱਦਾਂ ਮੈਂ ਦੱਸਿਆ ਵੀ ਕਪਾਹ ਨਰਮਾ ਚੁੱਕਦੇ ਆ ਜਾਂ ਪਾਣੀ ਲਾਉਂਦੇ ਆ ਹੂੰ ਹੂੰ ਤੋ ਕਪਾਹ ਨਰਮਾ ਅਸੀਂ ਇਕੱਠੇ ਚੁੱਕਦੇ ਹੁੰਦੇ ਸੀ ਅੱਛਾ ਭੈਣ ਭਰਾ ਸੋ ਭੈਣ ਭਰਾ ਪਿੰਡ ਚੋਂ ਕੁਝ ਹੋਰ ਲੋਕ ਜਿੱਦਾਂ ਆ ਜਾਂਦੇ ਹਨਾ ਹਾਂ ਹਾਂ ਤੋ ਜਦੋਂ ਉੱਥੇ ਖੁੱਲਾ ਮਾਹੌਲ ਮਿਲਣਾ ਕੁਦਰਤ ਦੀ ਕਾਇਨਾਤ ਚ ਆਏ ਪਿੱਛੇ ਹੁਣ ਜਦੋਂ ਗਾਉਣਾ ਤਾਂ ਪੈਣਾ ਨੂੰ ਭਰਾਵੇਂ ਸੀ ਪਿਆਰੇ ਲੱਗਦੇ ਹੁੰਦੇ ਆ ਹਮ 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 ਤੋ ਉਹਨੇ ਕਹੀ ਕਿ ਬੜੀ ਬਹੁਤ ਕਹਿਣਾ ਇੱਕ ਦੋ ਵਾਰੀ ਉਹਨੇ ਮੈਨੂੰ ਰੋਕ ਕੇ ਵੀ ਕਿਹਾ ਕਹਿੰਦੀ ਤੋ ਕੁਝ ਬਣ ਸਕਦਾ ਏ ਚੋਂ ਇੱਥੇ ਰੋਲਦਾ ਫਿਰਦਾ ਮਿੱਟੀ ਚ ਵੀ ਤੇਰੀ ਬਾਤਾਂ ਉਹਦੀ ਜਿੰਦਗੀ ਟਰੱਕਾ ਤੱਕ ਜਾਂ ਹੋਰ ਕੁਛ ਆ ਤੂੰ ਕਰ ਸਕਦਾ ਏ ਕੁਝ ਹਮ 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 ਉਹ ਉਹਨਾਂ ਦਾ ਬਹੁਤ سپورਟ ਰਹੀ ਉਸ ਤੋਂ ਬਾਅਦ ਬ੍ਰਦਰ ਦੋਨੋਂ ਫਿਰ ਜਦੋਂ ਮੈਰਿਜ ਹੋਈ ਤੋ ਕੁਦਰਤ ਨੇ ਮੈਨੂੰ ਜੀਵਨ ਸਾਥੀ ਇਦਾਂ ਦਾ ਦਿੱਤਾ ਕੀ ਬਾਤ ਏ ਵੀ ਉਹ ਮੈਨੂੰ ਮੂੰਹ ਜੋ ਕਈ ਵਾਰੀ ਕੋ ਔਰ ਉਹਦੀ ਕਿਤਨੇ ਕਿਤੇ ਲਿਖੀਆਂ ਪਈਆਂ ਦੀ ਇਹ ਰਿਕਾਰਡ ਹੋਣ ਵਾਲੀ ਚੀਜ਼ ਹੈ ਵਾਹ ਜੀ ਵਾਹ ਔਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਸਿਰੇ ਚੜਾਉਣ ਵਾਸਤੇ ਮੈਨੂੰ ਪ੍ਰੋਡਿਊਸਰ ਸਾਹਿਬ ਬਹੁਤ ਵਧੀਆ ਮਿਲ ਗਏ ਮੁਕੇਸ਼ ਕੁਮਾਰ ਜੀ ਇੱਕ ਤਾਂ ਹਮ ਉਮਰ ਨੇ ਹਮ ਹਮ ਔਰ ਦੂਜਾ ਤਜਰਬੇਕਾਰ ਨੇ ਹਮ 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 ਪੁਰਾਣੀ ਇੰਡਸਟਰੀਆ ਉਹਨਾਂ ਕੋਲੇ ਬਰਾਮਾ ਇੰਡਸਟਰੀਆ ਤਜਰਬਾ ਹਮ 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 ਤੋਂ ਮੇਰੇ ਇਸ ਫੀਲਿੰਗ ਨੂੰ ਮੇਰੇ ਇਹਦੇ ਚ ਪੂਰੀ سپورਟ ਨੂੰ ਸਿਰੇ ਚੜਾਉਣ ਲਈ ਮੁਕੇਸ਼ ਕੁਮਾਰ ਜੀ ਦਾ ਬਹੁਤ ਵੱਡਾ ਯੋਗਦਾਨ ਬਹੁਤ ਲੱਕੀ ਹਾਂ ਕਿ ਜਿਵੇਂ ਵੀ ਤੁਹਾਡੀ ਜ਼ਿੰਦਗੀ ਅੱਗੇ ਚੱਲਦੀ ਗਈ ਉਵੇਂ ਮੈਂ ਤੁਹਾਨੂੰ ਲੋਕ ਚੰਗੇ ਮਿਲਦੇਗੇ ਤੇ ਤੁਸੀਂ ਸਿੱਖ ਦੇਗੇ ਇੱਕ ਫਿਊਚਰ ਪਲਾਨਸ ਦੇ ਬਾਰੇ ਅਸੀਂ ਗੱਲ ਕਰਾਂਗੇ ਤੁਹਾਡੇ ਅੱਗੇ ਕੀ ਨੇ ਫਿਊਚਰ ਪਲਾਨਸ ਫਿਊਚਰ ਪਲਾਨਸ ਅੱਗੇ ਟੇਪ ਕਰ ਰਹੇ ਹਾਂ ਜੀ ਠੀਕ ਹੈ ਜੀ ਉਹ ਤਕਰੀਬਨ 2015 ਦੇ 6ਵੇਂ ਜਾਂ 7ਵੇਂ ਮਹੀਨੇ ਰਿਲੀਜ਼ ਕਰਨ ਦੀ ਉਮੀਦ ਹੈ ਕਿਉਂਕਿ ਇਤਕੀ ਮੈਨੂੰ ਇਹ ਲੱਗਿਆ ਵੀ ਥੋੜਾ ਸਮਾਂ ਇਹ ਸਾਡਾ ਫੁਕਰੇ ਗੀਤ ਕਾਫੀ ਵਧੀਆ ਰਹਿ ਗਿਆ ਹਾਂਜੀ ਹਾਂਜੀ ਇਹਦੇ ਨਾਲ ਜੱਟ ਪੁੱਠਿਆਂ ਕੰਮਾਂ ਦਾ ਸ਼ੌਂਕੀ ਉਹ ਦੁਬਾਰਾ ਤੋਂ ਫਿਰ ਟ੍ਰੈਕ ਤੇ ਆ ਗਿਆ ਅੱਛਾ ਜੀ ਤਾਂ ਦੋ ਗੀਤ ਕਾਫੀ ਵਧਿਆ ਨੇ ਤਾਂ ਹੁਣ ਇਹ ਤੋਂ ਕੁਝ ਵਧਿਆ ਦਈਏ ਠੀਕ ਹੈ ਜੀ ਠੀਕ ਹੈ ਕੋਸ਼ਿਸ਼ ਹੈ ਕਰਨਾ ਕਰਉਣਾ ਚਲੋ ਪ੍ਰਮਾਤਮਾ ਦੇ ਹੱਥੋਂ ਕੀ ਕਰਦੇ ਨੇ ਹਾਂ ਠੀਕ ਹੈ ਸੰਦੂ ਸੁਰਜੀ 2015 ਤੱਕ ਅਸੀਂ ਉਮੀਦ ਹੈ ਵੀ ਟੇਬਲ ਜੀ ਲੈ ਕੇ ਆਵਾਂਗੇ ਹਾਂ ਜੀ ਵਾਹ ਸੰਦੂ ਸੁਰਜੀ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ ਤੁਸੀਂ ਸਾਡੇ ਸ਼ੋਅ ਦੇ ਵਿੱਚ ਆਏ ਉਸਦੇ ਲਈ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਦੋਸਤੋ ਐਸੀ ਸਾਡੀ ਖਾਸ ਬਲਾਕਾਟ ਅੱਜ ਦੇ ਖਾਸ ਮਹਿਮਾਨ ਸੰਦੂ ਸੁਰਜੀ ਜੀ ਦੇ ਨਾਲ ਅਗਲੇ ਐਪੀਸੋਡ ਵਿੱਚ ਫਿਰ ਹਾਜ਼ਰ ਹੋ ਤਦ ਤੱਕ ਦੇਖਦੇ ਰਹੋ ਪੀਟੀਸੀ ਚੱਕਦੇ ਸਸਰੇ ਕਾ